ਤਾਂ ਦੋਸਤੋ ਗੱਲ ਕਰਾਂਗੇ ਰਣਬੀਰ ਕਪੂਰ ਸਟਾਰਰ ਅਤੇ ਸੰਦੀਪ ਰੈਡੀਵਾਂਗਾ ਦੇ ਵੱਲੋਂ ਡਾਇਰੈਕਟ ਕੀਤੀ ਗਈ ਮੋਸਟ ਅਵੇਟਡ ਫਿਲਮ ਐਨੀਮਲ ਦੇ ਬਾਰੇ। ਇਸ ਫਿਲਮ ਦੀ ਉਡੀਕ ਕਰ ਰਹੇ ਦਰਸ਼ਕਾਂ ਦੇ ਲਈ ਇੱਕ ਨਿਰਾਸ਼ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਐਨੀਮਲ ਫਿਲਮ ਦੀ ਰਿਲੀਜ਼ਿੰਗ ਡੇਟ ਪੋਸਟਪੋਨ ਕਰ ਦਿੱਤੀ ਗਈ ਹੈ। ਜੀ ਹਾਂ, 11 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਸੀ, ਲੇਕਿਨ ਹੁਣ ਇਸ ਦੀ ਰਿਲੀਜ਼ਿੰਗ ਦਸੰਬਰ ਦੇ ਵਿੱਚ ਕੀਤੀ ਜਾਵੇਗੀ। ਡੇਟ ਅਜੇ ਤੱਕ ਵੀ ਨਿਸ਼ਚਿਤ ਨਹੀਂ ਕੀਤੀ ਗਈ ਹੈ। ਫਿਲਮ ਮੇਕਰਸ ਦੇ ਵੱਲੋਂ ਇਸ ਦਾ ਕਾਰਨ ਦੱਸਿਆ ਗਿਆ ਹੈ ਕਿ ਅਜੇ ਤੱਕ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਬਾਕੀ ਹੈ, ਜਿਸ ਨੂੰ ਅਜੇ ਟਾਈਮ ਲੱਗੇਗਾ। ਇਸੇ ਦੇ ਕਾਰਨ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਪਿੱਛੇ ਕਰ ਦਿੱਤਾ ਗਿਆ ਅਤੇ ਹੁਣ ਇਹ ਫਿਲਮ ਦਸੰਬਰ ਦੇ ਵਿੱਚ ਰਿਲੀਜ਼ ਹੋਵੇਗੀ। ਲੇਕਿਨ ਦੂਜੇ ਪਾਸੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਗਦਰ 2 ਫਿਲਮ ਦੇ ਡਰ ਦੇ ਕਾਰਨ ਇਸ ਦੀ ਰਿਲੀਜ਼ਿੰਗ ਡੇਟ ਨੂੰ ਲੇਟ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਗਦਰ 2 ਫਿਲਮ ਅਤੇ ਐਨੀਮਲ ਇੱਕੋ ਦਿਨ 11 ਅਗਸਤ ਨੂੰ ਰਿਲੀਜ਼ ਹੋ ਰਹੀਆਂ ਸੀ। ਤਾਂ ਗਦਰ ਫਿਲਮ ਨੂੰ ਜਦੋਂ ਰੀਰਿਲੀਜ਼ ਕੀਤਾ ਗਿਆ ਤਾਂ ਦਰਸ਼ਕਾਂ ਦੇ ਵੱਲੋਂ ਇਸ ਨੂੰ ਸਿਰ 'ਤੇ ਚੁੱਕ ਲਿਆ ਗਿਆ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਕਾਂ ਦੇ ਵਿੱਚ ਕਾਫੀ ਜ਼ਿਆਦਾ ਕਰੇਜ਼ ਇਸ ਫਿਲਮ ਨੂੰ ਦੇਖਣ ਦਾ ਪਾਇਆ ਗਿਆ ਸੀ। ਅਗਰ ਗਦਰ ਫਿਲਮ ਨੂੰ ਦੇਖਣ ਦੇ ਲਈ ਦਰਸ਼ਕਾਂ ਦੇ ਵਿੱਚ ਇੰਨਾ ਜ਼ਿਆਦਾ ਕਰੇਜ਼ ਸੀ ਤਾਂ ਗਦਰ 2 ਨੂੰ ਦੇਖਣ ਦੇ ਲਈ ਲੋਕ ਕਿੰਨੇ ਜ਼ਿਆਦਾ ਐਕਸਾਈਟਡ ਹੋਣਗੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਸੋ ਇਸੇ ਕਾਰਨ ਜੋ ਐਨੀਮਲ ਫਿਲਮ ਹੈ ਉਹ ਕਿਤੇ ਨਾ ਕਿਤੇ ਗਦਰ 2 ਫਿਲਮ ਤੋਂ ਮਾਤ ਖਾ ਸਕਦੀ ਸੀ। ਸੋ ਇਸ ਦੀ ਰਿਲੀਜ਼ਿੰਗ ਡੇਟ ਨੂੰ ਜੋ ਹੈ ਅੱਗੇ ਕਰ ਦਿੱਤਾ ਗਿਆ, ਪੋਸਟਪੋਨ ਕਰ ਦਿੱਤਾ ਗਿਆ। 11 ਅਗਸਤ ਨੂੰ ਹੁਣ ਐਨੀਮਲ ਫਿਲਮ ਰਿਲੀਜ਼ ਨਹੀਂ ਹੋਵੇਗੀ।